ਹਾਂਜੀ ਸਟੂਡੈਂਟਸ, ਵੈਲਕਮ ਕਰਦਾ ਤੁਹਾਡਾ ਟੂਰ ਸਟੱਡੀ ਕਲਾਸ ਯੂਟਿਊਬ ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਫਿਗਰ ਆਫ ਸਪੀਚ ਕਰਾਂਗੇ। ਫਿਗਰ ਆਫ ਸਪੀਚ ਜਿਹੜੇ ਕਿ ਮੈਟਾਫੋਰ ਕੀ ਆ, ਅਲਟਰੇਸ਼ਨ ਕੀ ਆ, ਠੀਕ ਹੈ, ਸਿਮਲੀ ਕੀ ਆ, ਆਪਾਂ ਇਹ ਸਾਰੇ ਇਮੇਜਨਰੀ ਕੀ ਆ, ਅਲਟਰੇਸ਼ਨ ਕੀ ਆ, ਇਹ ਸਾਰਾ ਆਪਾਂ ਤੁਹਾਨੂੰ ਮੈਂ ਦੱਸੂੰਗੀ ਵਿਦ ਐਗਜ਼ਾਮਪਲਸ, ਤਾਂ ਕਿ ਤੁਸੀਂ ਈਜ਼ੀ ਵੇ ਦੇ ਨਾਲ ਜਿਹੜੇ ਕਿ ਆਪਣੇ ਇਹ ਗ੍ਰੈਮਰ ਦੇ ਵਿੱਚੋਂ ਜਿਹੜਾ ਕਿ ਟੋਪਿਕ ਆ ਕਰ ਸਕੋ। ਹਾਂਜੀ, ਫਿਗਰ ਆਫ ਸਪੀਚ ਇਹ ਜਿਹੜੇ ਕੀ ਹੁੰਦੇ ਆ, ਮੈਂ ਤੁਹਾਨੂੰ ਦੱਸਦੀ ਹਾਂ। ਸਭ ਤੋਂ ਪਹਿਲਾਂ ਤਾਂ ਹੈ ਇਹਦੇ ਵਿੱਚ ਸਿਮਲੀ। ਸਿਮਲੀ ਕੀ ਆ, ਇਨ ਸਿਮਲੀ ਹਾਂਜੀ, ਅਤੇ ਜਿਹੜੀ ਫਿਗਰ ਆਫ ਸਪੀਚ ਆ, ਸਭ ਤੋਂ ਪਹਿਲਾਂ ਤਾਂ ਜਿਹੜੀ ਇਹਦੇ ਵਿੱਚ ਤੁਹਾਨੂੰ ਲਾਈਨਸ ਆਉਣਗੀਆਂ ਉਹਨੂੰ ਧਿਆਨ ਦੇ ਨਾਲ ਕੇਅਰਫੁਲੀ ਰੀਡ ਕਰਨਾ। ਓਕੇ, ਕੇਅਰਫੁਲੀ ਰੀਡ ਕਰਨਾ, ਕਿਉਂਕਿ ਇਹ ਥੋੜ੍ਹੇ ਥੋੜ੍ਹੇ ਜਿਹੀ ਮਤਲਬ ਕਿ ਉਹਨਾਂ ਦੀ ਪਹਿਚਾਣ ਰੱਖ ਕੇ ਤੁਸੀਂ ਇਹਨੂੰ ਕਰ ਪਾਓਗੇ। ਇਹ ਕੋਈ ਇਹ ਤਾਂ ਹੈ ਨਹੀਂ ਕਿ ਤੁਹਾਨੂੰ ਸਾਹਮਣੇ ਹੈ ਨਾ ਬਹੁਤ ਡਿਫਰੈਂਸ ਨਜ਼ਰ ਆਜੂਗਾ, ਸੋ ਧਿਆਨ ਦੇ ਨਾਲ ਕੇਅਰਫੁਲੀ ਰੀਡ ਕਰਨੀ ਹੈ, ਜਿਵੇਂ ਪੈਸੇਜ ਨੂੰ ਵੀ ਆਪਾਂ ਕੇਅਰਫੁਲੀ ਰੀਡ ਕਰਕੇ ਸੋਲਵ ਕਰਦੇ ਹੁੰਦੇ ਲਾਈਕ ਦਿਸ। ਠੀਕ ਹੈ, ਹਾਂਜੀ, ਅਗਰ ਇਹਦੇ ਵਿੱਚ ਸਿਮਲੀ ਕਦੋਂ ਹੁੰਦਾ, ਤੁਸੀਂ ਜਿਹੜੀ ਵੀ ਤੁਹਾਨੂੰ ਲਾਈਨ ਦਿੱਤੀ ਵੀ ਹੋਊਗੀ ਉਹਦੇ ਵਿੱਚ ਤੁਸੀਂ ਦੇਖਣਾ ਲਾਈਕ ਵਰਡ ਹੈ, ਲਾਈਕ ਐਜ਼, ਅਗਰ ਉਹਦੇ ਵਿੱਚ ਲਾਈਕ ਔਰ ਐਜ਼ ਔਰ ਸੋ, ਠੀਕ ਹੈ, ਇਹ ਤਿੰਨ ਸ਼ਬਦ ਹੈਗੇ ਨੇ, ਤਿੰਨੇ ਵਰਡਸ ਹੈਗੇ ਨੇ, ਲਾਈਕ ਐਜ਼ ਸੋ, ਮਤਲਬ ਕਿ ਕੋਈ ਤੁਹਾਡੀ ਲਾਈਨ ਆ ਅਗਰ ਉਹਦੇ ਵਿੱਚ ਲਾਈਕ ਵਰਡ ਹੈ ਤਾਂ ਉਹ ਸਿਮਲੀ ਆ, ਅਗਰ ਜਿਹੜੀ ਕੋਈ ਲਾਈਨ ਆ ਉਹਦੇ ਵਿੱਚ ਅਗਰ ਐਜ਼ ਵਰਡ ਹੈ ਤਾਂ ਉਹ ਸਿਮਲੀ ਆ, ਅਗਰ ਉਹਦੇ ਵਿੱਚ ਸੋ ਵਰਡ ਇਕੱਲਾ ਯੂਜ਼ ਕਰਕੇ ਆ ਤਾਂ ਉਹ ਸਿਮਲੀ ਆ। ਠੀਕ ਹੈ, ਮਤਲਬ ਕਿ ਤਿੰਨੇ ਵਰਡ ਤੁਸੀਂ ਲਰਨ ਕਰਨੇ ਨੇ ਵੀ ਲਾਈਕ ਐਜ਼ ਸੋ ਜਿਹਦੇ ਵਿੱਚ ਹੋਣਗੇ ਉਹ ਕਿਹੜੇ ਸਿਮਲੀ ਆ, ਜਿਵੇਂ ਕਿ ਐਗਜ਼ਾਮਪਲਸ, ਓ ਮਾਈ ਲਵ ਇਜ਼ ਲਾਈਕ, ਲਾਈਕ ਵਰਡ ਆ ਗਿਆ, ਦੈਟ ਇਜ਼ ਸਿਮਲੀ। ਹੀ ਇਜ਼ ਬਰੇਵ ਐਜ਼ ਵਰਡ ਆ ਗਿਆ ਸਿਮਲੀ। ਮਤਲਬ ਕਿ ਸਿਮਲੀ ਕੀ ਹੁੰਦਾ ਵੀ ਜਿਹੜੇ ਦੋ ਡਿਫਰੈਂਟ ਓਬਜੈਕਟ ਨੇ, ਦੋ ਅਲੱਗ ਅਲੱਗ ਚੀਜ਼ਾਂ ਨੇ, ਉਹਨਾਂ ਦੇ ਵਿੱਚ ਕੰਪੈਰੀਜ਼ਨ ਕਰਕੇ ਜਦੋਂ ਦੱਸਿਆ ਜਾ ਰਿਹਾ ਫਿਰ ਆਪਾਂ ਕਹਿ ਦਿੰਦੇ ਵੀ ਇਹ ਚੀਜ਼ ਐਵੇਂ ਆ, ਇਹ ਚੀਜ਼ ਐਵੇਂ। ਓਕੇ, ਆਈ ਵੰਡਰਡ ਲੋਨਲੀ ਐਜ਼ ਵਰਡ ਆ ਗਿਆ। ਹੀ ਡਰਿੰਕਸ ਲਾਈਕ, ਠੀਕ ਹੈ, ਹੀ ਇਜ਼ ਐਜ਼ ਫਿੱਟ ਐਜ਼, ਤਾਂ ਇਹ ਜਿਹੜੇ ਕਿ ਜਦੋਂ ਵਰਡ ਹੋਣਗੇ ਤਾਂ ਉਹ ਕੀ ਆ, ਸਿਮਲੀ। ਨੈਕਸਟ ਹੈਗਾ ਮੈਟਾਫੋਰ। ਮੈਟਾਫੋਰ ਕੀ ਆ, ਹਾਂਜੀ ਮੈਟਾਫੋਰ ਕੀ ਆ, ਇਸ ਫਿਗਰ ਆਫ ਸਪੀਚ ਦੇ ਵਿੱਚ ਕੀ ਹੁੰਦਾ ਵੀ ਜਿਹੜੇ ਦੋ ਓਬਜੈਕਟ ਨੇ ਬਟ ਉਹ ਡਿਫਰੈਂਟ ਨੇ, ਦੋ ਓਬਜੈਕਟ ਨੇ ਉਹ ਅਲੱਗ ਅਲੱਗ ਨੇ, ਜਿਵੇਂ ਉੱਪਰ ਉੱਪਰ ਤਾਂ ਕਹਿ ਰਹੇ ਸੀ ਵੀ ਇਹ ਐਵੇਂ ਆ, ਇਹ ਐਵੇਂ ਆ, ਠੀਕ ਹੈ, ਬਟ ਇਹਦੇ ਵਿੱਚ ਜਿਹੜੇ ਓਬਜੈਕਟ ਨੇ ਉਹ ਅਲੱਗ ਅਲੱਗ ਨੇ, ਬਟ ਉਹਨਾਂ 'ਚ ਜਦੋਂ ਆਪਾਂ ਕੰਪੈਰੀਜ਼ਨ ਕਰਦੇ ਤਾਂ ਆਪਾਂ ਸਿੱਧਾ ਹੀ ਜਿਹਦੇ ਨਾਲ ਕੰਪੈਰੀਜ਼ਨ ਕਰਨਾ ਉਹਨੂੰ ਨਹੀਂ ਆਪਾਂ ਰੱਖਦੇ ਹੈਗੇ, ਆਪਾਂ ਸਿੱਧਾ ਹੀ ਕਹਿ ਦਿੰਦੇ ਜਿਵੇਂ ਉਹ ਤਾਂ ਸ਼ੇਰ ਆ। ਜੇ ਤਾਂ ਆਪਾਂ ਕਹਿ ਰਹੇ ਹਾਂ ਵੀ ਦੇਖੋ ਸਿਮਲੀ 'ਚ ਤਾਂ ਆਪਾਂ ਬੋਲਾਂਗੇ ਵੀ ਉਹ ਸ਼ੇਰ ਵਰਗਾ ਹੈ, ਠੀਕ ਹੈ, ਹੀ ਇਜ਼ ਏ ਬਰੇਵ ਲਾਈਕ ਲੋਇਨ, ਹੈ ਨਾ, ਉਹ ਤਾਂ ਕੀ ਹੋ ਗਿਆ ਲਾਈਕ ਵਰਡ ਆ ਗਿਆ, ਉਹ ਤਾਂ ਉਹ ਕੀ ਹੋ ਗਿਆ ਆਪਣਾ ਜਿਹੜੇ ਕਿ ਸਿਮਲੀ ਹੋ ਗਿਆ। ਜਦੋਂ ਆਪਾਂ ਸਿੱਧੇ ਹੀ ਕਹਿ ਦਈਏ ਹੀ ਇਜ਼ ਅ ਲੋਇਨ, ਹੈ ਤਾਂ ਉਹ ਬੰਦਾ ਬਟ ਆਪਾਂ ਕਹਿਤਾ ਵੀ ਉਹ ਸ਼ੇਰ ਹੈ ਤਾਂ ਨਹੀਂ ਸ਼ੇਰ ਉਹ, ਆਪਾਂ ਨੇ ਵੈਸੇ ਕਹਿਤਾ ਉਹਦੀ ਬਰੇਵਰੀ ਕਰਕੇ ਕਿ ਉਹ ਸ਼ੇਰ ਆ। ਜੇ ਆਪਾਂ ਕਿਸੇ ਨੂੰ ਕਹਿ ਦਈਏ ਵੀ ਉਹ ਤਾਂ ਸ਼ੀ ਇਜ਼ ਲਾਈਕ ਅ ਕੈਟ, ਜਦੋਂ ਆਪਾਂ ਨੇ ਕਹਿਤਾ ਸ਼ੀ ਇਜ਼ ਲਾਈਕ, ਲਾਈਕ ਵਰਡ ਆ ਗਿਆ ਕੈਟ ਦੀ ਤਰ੍ਹਾਂ, ਉਹ ਫਿਰ ਤਾਂ ਉਹ ਕੀ ਆ ਗਿਆ ਆਪਣਾ ਜਿਹੜੀ ਸਿਮਲੀ। ਜਦੋਂ ਆਪਾਂ ਸਿੱਧੇ ਹੀ ਕਹਿ ਦਈਏ ਸ਼ੀ ਇਜ਼ ਅ ਕੈਟ, ਠੀਕ ਹੈ, ਸ਼ੀ ਇਜ਼ ਅ ਕੈਟ, ਜਦੋਂ ਆਪਾਂ ਕਿਸੇ ਨੂੰ ਕਿਸੇ ਦੇ ਨਾਲ ਜਦੋਂ ਕੰਪੈਰੀਜ਼ਨ ਕਰ ਰਹੇ ਹਾਂ ਆਪਾਂ ਸਿੱਧੇ ਹੀ ਕਹਿ ਦਈਏ ਵੀ ਇਹ ਤਾਂ ਬੰਦਾ ਉਹ ਚੀਜ਼ ਹੈ, ਤਾਂ ਉੱਥੇ ਕੀ ਹੈ ਮੈਟਾਫੋਰ, ਤਾਂ ਉੱਥੇ ਕੀ ਆ ਮੈਟਾਫੋਰ। ਜਦੋਂ ਆਪਾਂ ਨੇ ਕੀ ਕਹਿਣਾ ਵੀ ਜਦੋਂ ਕਿਸੇ ਨੂੰ ਸਿੱਧੇ ਹੀ ਆਪਾਂ ਡਾਇਰੈਕਟ ਵੇ ਨਾਲ ਕਹਿ ਦਈਏ, ਜਾਂ ਕੋਈ ਡਰਪੋਕ ਆ ਉਹਨੂੰ ਆਪਾਂ ਕਹਿ ਸਿੱਧਾ ਨਾ ਕਹੀਏ ਵੀ ਉਹ ਡਰਪੋਕ ਆ, ਸਿੱਧੇ ਆਪਾਂ ਕੁਛ ਇਹੋ ਜਿਹਾ ਵਰਡ ਯੂਜ਼ ਕਰੀਏ ਵੀ ਜਿਹੜਾ ਡਰਪੋਕਾਂ ਲਈ ਹੁੰਦਾ, ਠੀਕ ਹੈ, ਤਾਂ ਕੀ ਆ ਮੈਟਾਫੋਰ। ਜਿਵੇਂ ਇੱਦਾਂ ਕੈਮਲ ਇਜ਼ ਦਾ ਸ਼ਿਪ ਆਫ ਦਾ ਡੈਜ਼ਰਟ, ਹਾਂਜੀ ਕਹਿੰਦਾ ਕੈਮਲ ਆ ਜਿਹੜਾ ਕਿ ਡੈਜ਼ਰਟ ਦੇ ਵਿੱਚ ਇੱਕ ਸ਼ਿਪ ਹੈ, ਠੀਕ ਹੈ, ਰਾਜਸਥਾਨ ਦਾ ਇੱਕ ਮਾਰੂਥਲ ਦਾ ਇੱਕ ਕੈਮਲ ਕੀ ਹੈ, ਸ਼ਿਪ ਹੈ, ਹੈ ਤਾਂ ਨਹੀਂ ਸ਼ਿਪ,
ਬਟ ਕੈਮਲ ਸ਼ਿਪ ਦੀ ਤਰ੍ਹਾਂ ਹੀ ਉੱਥੇ ਜਿਹੜੇ ਕਿ ਕੰਮ ਕਰ ਰਹੇ ਆ, ਮਤਲਬ ਕਿ ਮਾਰੂਥਲ ਦੇ ਵਿੱਚ ਚੱਲ ਪਾਉਂਦਾ ਉਹ, ਤਾਂ ਜਿਵੇਂ ਕਿ ਸ਼ਿਪ ਪਾਣੀ 'ਚ ਚੱਲ ਪਾਉਂਦੀ ਹੈ ਸੇਮ ਉਸੇ ਤਰੀਕੇ ਨਾਲ, ਤਾਂ ਉਹਨੂੰ ਕੈਮਲ ਨੂੰ ਜਿਹੜੇ ਕਿ ਸ਼ਿਪ ਦੇ ਨਾਲ ਕੰਪੈਰੀਜ਼ਨ ਕੀਤਾ ਗਿਆ, ਬਟ ਇੱਥੇ ਲਾਈਕ ਸ਼ਬਦ ਲਾ ਕੇ ਯੂਜ਼ ਨਹੀਂ ਕੀਤਾ ਗਿਆ, ਸਿੱਧਾ ਹੀ ਕੈਮਲ ਨੂੰ ਇਹ ਕਹਿਤਾ ਕਿ ਉਹ ਸ਼ਿਪ ਹੈ। ਜਦੋਂ ਆਪਾਂ ਕਿਸੇ ਚੀਜ਼ ਨੂੰ ਵੈਸੇ ਤਾਂ ਆਪਾਂ ਨੇ ਕੰਪੈਰੀਜ਼ਨ ਕਰਨਾ ਹੋਵੇ, ਬਟ ਉਹਨੂੰ ਕਹੀਏ ਨਾ ਵੀ ਉਹ ਉਹਦੇ ਤਰ੍ਹਾਂ, ਆਪਾਂ ਸਿੱਧੇ ਕਹਿ ਦੇਈਏ ਤਾਂ ਉਹ ਆ, ਠੀਕ ਹੈ ਵੀ ਇਹ ਤਾਂ ਇਹ ਚੀਜ਼ ਆ, ਇਹ ਤਾਂ ਆਹ ਚੀਜ਼ ਆ, ਤਾਂ ਉੱਥੇ ਕੀ ਆ ਮੈਟਾਫੋਰ। ਸੋ ਧਿਆਨ ਦੇ ਨਾਲ ਜਿਹੜੇ ਕਿ ਤੁਹਾਨੂੰ ਸੈਂਟੈਂਸਿਸ ਜਿਹੜੇ ਨਾ ਲਾਈਨਸ ਆਉਣਗੇ ਉਹਨਾਂ ਨੂੰ ਧਿਆਨ ਦੇ ਨਾਲ ਰੀਡ ਕਰਨਾ। ਜਿਵੇਂ ਲਾਈਫ ਇਜ਼ ਅ ਡ੍ਰੀਮ, ਹੁਣ ਕਹਿੰਦਾ ਜ਼ਿੰਦਗੀ ਇੱਕ ਸੁਪਨਾ, ਠੀਕ ਹੈ ਜ਼ਿੰਦਗੀ ਇੱਕ ਸੁਪਨਾ। ਹੁਣ ਜੇ ਆਪਾਂ ਕਹੀਏ ਵੀ ਜ਼ਿੰਦਗੀ ਇੱਕ ਸੁਪਨੇ ਦੀ ਤਰ੍ਹਾਂ, ਲਾਈਫ ਇਜ਼ ਲਾਈਕ, ਜਦੋਂ ਆਪਾਂ ਲਾਈਕ ਕਹਿ ਦਈਏ ਜਾਂ ਐਜ਼ ਅ ਡ੍ਰੀਮ ਕਹੀਏ, ਲਾਈਕ ਐਜ਼ ਤਾਂ ਕਹਿ ਦਈਏ, ਤਾਂ ਉੱਥੇ ਕੀ ਆਜੂਗਾ ਸਿਮਲੀ। ਜਦੋਂ ਆਪਾਂ ਨੇ ਸਿੱਧਾ ਹੀ ਕਹਿਤਾ ਵੀ ਜ਼ਿੰਦਗੀ ਇੱਕ ਜਿਹੜੇ ਕਿ ਡ੍ਰੀਮ ਹੈ, ਆਪਾਂ ਨੇ ਲਾਈਫ ਨੂੰ ਡ੍ਰੀਮ ਦੇ ਨਾਲ ਕੰਪੈਰੀਜ਼ਨ ਕੀਤਾ ਸੀ, ਬਟ ਇੱਥੇ ਸਿੱਧਾ ਹੀ ਆਪਾਂ ਨੇ ਲਾਈਫ ਨੂੰ ਕਹਿਤਾ ਕਿ ਡ੍ਰੀਮ ਹੈ। ਜਦੋਂ ਆਪਾਂ ਸਿੱਧੀ ਹੀ ਡਾਇਰੈਕਟ ਗੱਲ ਕਹਿ ਦਈਏ ਵੀ ਇਹ ਉਹ ਹੈ, ਤਾਂ ਉੱਥੇ ਕੀ ਹੈ ਮੈਟਾਫੋਰ ਆ, ਠੀਕ ਹੈ। ਨੈਕਸਟ ਜਿਵੇਂ ਐਗਜ਼ਾਮਪਲ ਆ, ਦ ਨਿਊਜ਼ ਯੂ ਬ੍ਰਿੰਗ ਇਜ਼ ਏ ਡੈਗਰ ਟੂ ਮਾਈ ਹਰਟ, ਠੀਕ ਹੈ। ਇੱਥੇ ਵੀ ਕੰਪੈਰੀਜ਼ਨ ਨਹੀਂ ਕੀਤਾ ਗਿਆ, ਸਿੱਧਾ ਹੀ ਲਾਈਨ ਨੂੰ ਕਹਿਤਾ, ਠੀਕ ਹੈ, ਉੱਥੇ ਕੀ ਹੋਜੂਗੀ ਉਹ ਮੈਟਾਫੋਰ। ਅਤੇ ਦੋ ਇੱਕ ਹੋਰ ਐਗਜ਼ਾਮਪਲਸ ਤੁਸੀਂ ਮਿਲੇ, ਤੁਹਾਨੂੰ ਪੱਕਾ ਯਾਦ ਹੋ ਗਿਆ ਹੋਣਾ ਜਿੱਥੇ ਲਾਈਕ ਵਰਡ ਆ ਗਿਆ, ਠੀਕ ਹੈ। ਅਤੇ ਹਾਂਜੀ ਹਾਂ ਮੈਟਾਫੋਰ, ਜਿਵੇਂ ਲਾਈਫ ਇਜ਼ ਅ ਡ੍ਰੀਮ, ਇਹ ਤਾਂ ਹੋ ਗਿਆ, ਇਹਦੇ ਵਿੱਚੋਂ ਦੇਖਦੇ ਆਪਾਂ। ਹਾਂਜੀ, ਸ਼ੀ ਵਾਜ਼ ਅਵਰ ਕੁਈਨ, ਅਵਰ ਰੋਜ਼, ਅਵਰ ਸਟਾਰ, ਕਹਿੰਦਾ ਉਹ ਸਾਡੀ ਕੁਈਨ ਹੈ, ਰਾਣੀ ਹੈ, ਉਹ ਸਾਡੀ ਰੋਜ਼ ਹੈ, ਠੀਕ ਹੈ, ਉਹ ਸਾਡੀ ਸਟਾਰ ਆ। ਹੁਣ ਕੋਈ ਲੜਕੀ ਉਹ ਸਟਾਰ ਤਾਂ ਨਹੀਂ, ਮਤਲਬ ਕਿ ਰੋਜ਼ ਤਾਂ ਨਹੀਂ ਹੋ ਸਕਦੀ, ਹੈ ਨਾ। ਹਾਂ ਸਟਾਰ ਉਹ ਮਾਡਲ ਸਟਾਰ ਉਹ ਅਲੱਗ ਚੀਜ਼ ਹੈ, ਇਹ ਸਟਾਰ ਤਾਰਿਆਂ ਦੀ ਗੱਲ ਹੈ। ਹੁਣ ਕੁੜੀ ਤਾਰਾ ਤਾਂ ਨਹੀਂ ਹੋ ਸਕਦੀ, ਹੈ ਨਾ, ਤਾਰਾ ਤਾਂ ਲਾਈਫਲੈਸ ਓਬਜੈਕਟ ਆ ਆਸਮਾਨ ਦੇ ਵਿੱਚ ਆ, ਬਟ ਇੱਥੇ ਉਹਨੂੰ ਕੰਪੈਰੀਜ਼ਨ ਕੀਤਾ ਗਿਆ ਸੀ, ਤਾਂ ਇੱਥੇ ਲਾਈਕ ਸ਼ਬਦ ਲਾ ਕੇ ਕੰਪੈਰੀਜ਼ਨ ਨਹੀਂ ਕੀਤਾ, ਸਿੱਧਾ ਹੀ ਕਹਿਤਾ ਵੀ ਉਹ ਤਾਰਾ, ਸਿੱਧਾ ਹੀ ਕਹਿਤਾ। ਹੁਣ ਰੋਜ਼, ਹਾਂ ਰੋਜ਼ ਦੀ ਤਰ੍ਹਾਂ ਕੋਮਲ ਆਪਾਂ ਕਹਿ ਸਕਦੇ ਹੋ ਸਕਦਾ, ਬਟ ਕੁੜੀ ਗੁਲਾਬ ਦਾ ਫੁੱਲ ਤਾਂ ਨਹੀਂ ਹੋ ਸਕਦੀ, ਹੈ ਨਾ, ਬਟ ਇੱਥੇ ਉਹਨੂੰ ਲਾਈਕ ਸ਼ਬਦ ਲਾ ਕੇ ਨਹੀਂ ਕਹਿਤਾ, ਸਿੱਧਾ ਹੀ ਕਹਿਤਾ। ਜਦੋਂ ਆਪਾਂ ਕਿਸੇ ਨੂੰ ਕੋਈ ਕੰਪੈਰੀਜ਼ਨ ਨਾ ਕਰਨਾ ਹੋਵੇ, ਸਿੱਧਾ ਹੀ ਕਹਿ ਦੀ ਵੀ ਇਹ ਉਮੀਦ ਹੈ, ਠੀਕ ਹੈ। ਉਹਦੇ ਆਪਾਂ ਬਰੇਵਰੀ ਦੇਖ ਕੇ, ਉਹਦੇ ਜਿਹੜੇ ਵੀ ਮੈਰਿਟਸ ਔਰ ਡੀਮੈਰਿਟਸ ਦੇਖ ਕੇ, ਜਦੋਂ ਆਪਾਂ ਸਿੱਧੇ ਹੀ ਗੁਣ ਔਗੁਣ ਦੇਖ ਕੇ ਸਿੱਧੇ ਉਹਨੂੰ ਕਹਿ ਦਈਏ ਵੀ ਇਹ ਉਹ ਚੀਜ਼ ਹੈ, ਤਾਂ ਉਹ ਕੀ ਆ ਜਿਹੜੇ ਕਿ ਮੈਟਾਫੋਰ ਆ। ਓਕੇ, ਜਿਵੇਂ ਕਿ ਇਹਦੇ ਵਿੱਚ ਫੋਰਥ ਹੈ, ਹੀ ਹੈਜ਼ ਅ ਹਰਟ ਆਫ ਸਟੋਨ, ਹੀ ਹੈਜ਼ ਅ ਹਰਟ ਆਫ ਸਟੋਨ, ਕਹਿੰਦਾ ਉਹਦਾ ਹਰਟ ਆ ਜਿਹੜੇ ਕਿ ਸਟੋਨ ਦੀ ਤਰ੍ਹਾਂ, ਸਟੋਨ ਕੀ ਹੋ ਗਿਆ ਪੱਥਰ, ਉਹਦਾ ਹਰਟ ਕਹਿੰਦਾ ਪੱਥਰ ਆ, ਠੀਕ ਹੈ, ਉਹਦਾ ਹਰਟ ਪੱਥਰ ਹੈ। ਹੁਣ ਦਿਲੋਂ ਪੱਥਰ ਤਾਂ ਨਹੀਂ ਰੱਖ ਸਕਦੇ, ਹੈ ਨਾ, ਆਪਾਂ ਸਟੋਨ ਤਾਂ ਅਲੱਗ ਚੀਜ਼ ਆ, ਹਾਂ ਆਪਾਂ ਕਹਿ ਦਿੰਦੇ ਕਿ ਉਹ ਤਾਂ ਪੱਥਰ ਹੈ, ਜਦੋਂ ਆਪਾਂ ਸਿੱਧੇ ਕਹਿ ਦਿੰਦੇ ਵੀ ਉਹ ਤਾਂ ਪੱਥਰ ਹੈ, ਠੀਕ ਹੈ, ਉਹਦਾ ਦਿਲ ਪੱਥਰ ਹੈ, ਉਹਦਾ ਦਿਲ ਪੱਥਰ ਆ, ਜੋ ਪੱਥਰ ਆ ਉਹਦਾ ਦਿਲ ਪੱਥਰ ਹੈ। ਜਦੋਂ ਆਪਾਂ ਐਵੇਂ ਦੇ ਸ਼ਬਦ ਯੂਜ਼ ਕਰ ਰਹੇ ਹਾਂ ਵੀ ਉਹਨੂੰ ਕਹਿਤਾ ਵੀ ਉਹ ਉਹੀ ਹੈ, ਤਾਂ ਉੱਥੇ ਕੀ ਆ ਮੈਟਾਫੋਰ ਆ। ਓਕੇ, ਸੋ ਆਈ ਹੋਪ ਤੁਹਾਨੂੰ ਇਹ ਦੋਨੋਂ ਸਮਝ ਲੱਗ ਗਏ ਹੋਣਗੇ। ਹੁਣ ਆਪਾਂ ਨੈਕਸਟ ਲੈਂਦੇ ਹਾਂ। ਹਾਂਜੀ, ਅਲਟਰੇਸ਼ਨ ਕੀ ਹੁੰਦਾ, ਅਲਟਰੇਸ਼ਨ ਕੀ ਹੁੰਦਾ, ਦਿਸ ਫਿਗਰ ਆਫ ਸਪੀਚ ਕੰਸਿਸਟ ਇਨ ਦਾ ਰਿਪੀਟੇਸ਼ਨ ਆਫ ਦਾ ਸੇਮ ਲੈਟਰਸ। ਜਦੋਂ ਕੋਈ ਵੀ ਜਿਹੜੀ ਆਪਣੀ ਫਿਗਰ ਆਫ ਸਪੀਚ ਆ, ਜਿਵੇਂ ਕਿ ਅਨੁਪ੍ਰਾਸ ਅਲੰਕਾਰ ਹੁੰਦਾ ਨਾ ਪੰਜਾਬੀ ਦੇ ਵਿੱਚ, ਅਨੁਪ੍ਰਾਸ ਅਲੰਕਾਰ ਜਿਹਦੇ ਵਿੱਚ ਜਿਵੇਂ ਸੱਸੇ ਤੋਂ ਹੀ, ਜਿਵੇਂ ਆਪਾਂ ਬੱਚਿਆਂ ਨੂੰ ਲਿਖਾ ਲੈਂਦੇ ਹੁੰਦੇ ਹਾਂ ਨਾ, ਸਾਰੇ ਸ਼ਬਦ ਲਿਖਾ ਲੈਣ ਵੀ ਸਾਰੇ ਸੱਸੇ ਤੋਂ ਸ਼ੁਰੂ ਹੋਏ ਸ਼ਬਦ ਲਿਖੋ, ਸੱਸੇ 'ਤੇ ਸਰ, ਸੱਸੇ 'ਤੇ ਸ਼ਬਦ, ਸੱਸੇ 'ਤੇ ਸੁਰਜੀਤ, ਸੱਸੇ 'ਤੇ ਹੀ ਜਿਹੜੇ ਕਿ ਸੂਰਜ, ਸਾਰੇ ਸੱਸੇ ਨਾਲ ਸ਼ਬਦ ਸ਼ੁਰੂ ਕਰ ਲਏ ਜਾਂ ਸਾਰੇ ਕੱਕੇ ਨਾਲ ਸ਼ੁਰੂ ਕਰ ਲਏ, ਉਹ ਕੀ ਹੈ ਅਲਟਰੇਸ਼ਨ ਹੈ।
ਉਹ ਕੀ ਆ ਅਲਟਰੇਸ਼ਨ ਹੈ, ਸੇਮ ਉਸੇ ਤਰੀਕੇ ਨਾਲ ਇੰਗਲਿਸ਼ ਦੇ ਵਿੱਚ ਹੈ, ਜਦੋਂ ਬਿਗਨਿੰਗ ਦੇ ਵਿੱਚ ਟੂ ਔਰ ਮੋਰ ਵਰਡਸ ਰਿਪੀਟ ਨਹੀਂ ਮਤਲਬ ਕਿ ਉਸ ਆਪਣੇ ਲੈਟਰ ਨਾਲ ਸ਼ੁਰੂ ਹੋ ਗਏ, ਜਿਵੇਂ ਐਫ ਨਾਲ ਸ਼ੁਰੂ ਹੋ ਗਿਆ, ਫੁੱਲ ਐਫ ਨਾਲੇ ਸ਼ੁਰੂ ਹੋ ਗਿਆ, ਫਿਰ ਤਾਂ ਐਫ ਨਾਲੇ ਫਾਈਵ, ਐਫ ਨਾਲੇ ਫਾਦਰ, ਠੀਕ ਹੈ, ਫਸਟ ਲੈਟਰ ਉਸੇ ਚੀਜ਼ ਨੂੰ ਰਿਪੀਟ ਕਰ ਰਿਹਾ, ਜਿਵੇਂ ਮੈਂ ਤੁਹਾਨੂੰ ਸੱਸਾ ਕਿਹਾ ਸੀ ਵੀ ਸੱਸਾ ਸਾਰਿਆਂ 'ਚ ਆ ਜਾਏ, ਕੱਕਾ ਸਾਰਿਆਂ 'ਚ ਆ ਜਾਏ, ਹਾਹਾ ਸਾਰਿਆਂ 'ਚ ਆ ਜਾਏ, ਤਾਂ ਉਹ ਕੀ ਆ ਅਲਟਰੇਸ਼ਨ ਹੈ। ਓਕੇ, ਅਗਲੇ ਦੇ ਵਿੱਚ ਅ ਸਟਰੋਂਗ, ਐਸ ਤੇ ਸਟਰੋਂਗ, ਸਟਰਗਲਿੰਗ, ਠੀਕ ਹੈ, ਸਟਰੋਮਸ, ਇਹ ਸਾਰੇ ਕੀ ਹੈ ਅਲਟਰੇਸ਼ਨ ਹੈ। ਉਸ ਤੋਂ ਬਾਅਦ ਏ ਅਲੋਨ, 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 ਹਾਂ ਇੱਕੋ ਸ਼ਬਦ ਨੂੰ ਰਿਪੀਟ ਵੀ ਕਰ ਸਕਦੇ ਨੇ, ਜਦੋਂ ਇੱਕੋ ਸ਼ਬਦ ਨੂੰ ਰਿਪੀਟ ਵੀ ਕਰਤਾ ਤਾਂ ਵੀ ਅਲਟਰੇਸ਼ਨ ਹੈ। ਜਦੋਂ ਸੇਮ ਅਲਫਾਬੈਟ ਹੈ, ਠੀਕ ਹੈ, ਉਹਦੇ ਨਾਲ ਅੱਗੇ ਅੱਗੇ ਜਿਹੜੇ ਕਿ ਡਿਫਰੈਂਟ ਡਿਫਰੈਂਟ ਵਰਡਸ ਬਣ ਰਹੇ ਨੇ ਬਟ ਅਲਫਾਬੈਟ ਸੇਮ ਆ, ਲਾਈਕ ਜਿਵੇਂ ਏ ਤੋਂ ਸਾਰੇ ਸਟਾਰਟ ਹੋ ਗਏ, ਬੀ ਤੋਂ ਸਾਰੇ ਸਟਾਰਟ ਹੋ ਗਏ, ਤਾਂ ਉੱਥੇ ਕੀ ਆ ਅਲਟਰੇਸ਼ਨ ਆ। ਹੁਣ ਜਿਵੇਂ ਆਪਾਂ ਬੀ ਤੋਂ ਸ਼ੁਰੂ ਕਰ ਲਈਏ ਬੈਟ, ਠੀਕ ਆ, ਬੀ ਤੋਂ ਹੀ ਬੱਸ, ਓਕੇ, ਬੀ ਤੋਂ ਹੀ ਬੁਆਏ, ਬਟ ਹੈ ਤਾਂ ਇਹ ਡਿਫਰੈਂਟ ਡਿਫਰੈਂਟ ਨੇ ਬਟ ਇੱਥੇ ਸ਼ੁਰੂ ਕੀ ਹੋਇਆ, ਬੀ ਬੀ ਤੋਂ ਸ਼ੁਰੂ ਹੋ ਗਏ, ਸਟਾਰਟਿੰਗ ਬਿਗਨਿੰਗ ਬੀ ਬੀ ਤੋਂ ਸ਼ੁਰੂ ਹੋ ਗਏ, ਤਾਂ ਕਿ ਇਹ ਅਲਟਰੇਸ਼ਨ ਹੈ, ਠੀਕ ਹੈ। ਹਾਂਜੀ ਜੀ, ਮੈਂ ਦੇਖੋ ਇੱਥੇ ਟ੍ਰਾਈ, ਟੇਸਟਡ, ਸੇਫ, ਸਾਊਂਡ, ਹੈ ਤਾਂ ਡਿਫਰੈਂਟ ਡਿਫਰੈਂਟ ਨੇ ਬਟ ਜਿਹੜਾ ਕਿ ਇਹਦਾ ਅਲਫਾਬੈਟ ਹੈ ਐਸ ਹੈ। ਓਕੇ ਹਾਂਜੀ, ਇਮੇਜਨਰੀ ਕੀ ਹੈ, ਇਮੇਜਨਰੀ ਕੀ ਹੈ, ਇਮੇਜਨਰੀ ਸਟੈਂਡ ਫੋਰ ਮੈਂਟਲ ਪਿਕਚਰਸ ਡੈਟ ਆਰ ਕ੍ਰੀਏਟਡ ਇਨ ਅਵਰ ਮਾਈਂਡ ਬਾਏ ਪੋਇਟਿਕ ਲੈਂਗੁਏਜ। ਹਾਂਜੀ, ਜਦੋਂ ਕੋਈ ਵੀ ਜਿਹੜਾ ਪੋਇਟ ਹੈ ਉਹ ਇਹੋ ਜਿਹੇ ਆਪਣੇ ਪੋਇਮ ਦੇ ਵਿੱਚ ਵਰਡਸ ਯੂਜ਼ ਕਰਦਾ ਜਿਨ੍ਹਾਂ ਨੂੰ ਆਪਾਂ ਨੂੰ ਰੀਡ ਕਰਕੇ ਜਾਂ ਜਿਨ੍ਹਾਂ ਨੂੰ ਆਪਾਂ ਨੂੰ ਸੁਣ ਕੇ ਪੋਇਮ ਆਪਣੇ ਮਾਈਂਡ ਦੇ ਵਿੱਚ ਇੱਕ ਪਿਕਚਰ ਬਣ ਜਾਂਦੀ ਆ, ਠੀਕ ਹੈ, ਆਪਣੇ ਮਾਈਂਡ ਦੇ ਵਿੱਚ ਇੱਕ ਪਿਕਚਰ ਬਣਨੀ ਸ਼ੁਰੂ ਹੋ ਜਾਂਦੀ, ਉਹ ਕੀ ਆ ਇਮੇਜਨਰੀ, ਮਤਲਬ ਕਿ ਕਲਪਨਾ, ਕਲਪਨਾ ਜਦੋਂ ਆਪਾਂ ਕੁਛ ਚੀਜ਼ ਕਲਪਨਾ ਕਰਨ ਲੱਗ ਜਾਂਦੇ ਹਾਂ ਉਹ ਕੀ ਆ ਇਮੇਜਨਰੀ ਹੈ, ਠੀਕ ਹੈ। ਅਤੇ ਇਮੇਜਨਰੀ ਅਲੱਗ ਅਲੱਗ ਟਾਈਪ ਦੀ ਹੁੰਦੀ ਆ, ਜਿਵੇਂ ਸੁਣਨ ਵਾਲੀ, ਜਦੋਂ ਆਪਾਂ ਨੂੰ ਸੁਣ ਕੇ ਦੇਖ ਕੇ ਪਤਾ ਲੱਗਦਾ ਜਾਂ ਟੱਚ ਕਰਕੇ ਜਦੋਂ ਆਪਾਂ ਮਹਿਸੂਸ ਕਰਦੇ ਜਾਂ ਸਮੈਲ ਕਰਕੇ, ਠੀਕ ਹੈ, ਕਲਪਨਾ ਕਰਨ ਲੱਗ ਜਾਂਦੇ ਆ। ਜਿਵੇਂ ਮੰਨ ਲਓ ਤੁਹਾਨੂੰ ਜਿਹੜੀ ਕਿ ਖੁਸ਼ਬੂ, ਫਰੈਗਨੈਂਸ ਆ ਰਹੀ ਹੈ ਕਿ ਕੁਛ ਕੁੱਕ ਹੋ ਰਿਹਾ ਹੈ ਨਾ, ਕੁਛ ਪੱਕ ਰਿਹਾ, ਤਾਂ ਆਪਾਂ ਫਟਾਫਟ ਪਹਿਚਾਣ ਵੀ ਸ਼ਾਇਦ ਅੱਜ ਇਹ ਸਬਜ਼ੀ ਬਣੀ ਹੋਈ ਹੈ, ਤਾਂ ਉਹ ਕੀ ਆਪਣੀ ਇਮੇਜਨਰੀ ਹੈ, ਠੀਕ ਹੈ। ਟੇਸਟ ਕਰਕੇ ਪਤਾ ਲੱਗ ਜਾਂਦਾ ਆਪਾਂ ਨੂੰ, ਮੂਵਮੈਂਟ, ਜਿਵੇਂ ਬਲੂ ਫੋਗਡ ਵੂਮੈਨ ਇਜ਼ ਏ ਵਿਜ਼ੂਲਰੀ ਇਮੇਜਨਰੀ, ਠੀਕ ਹੈ, ਇਹ ਕੀ ਹੈ ਬਲੂ ਫਰੋਗਡ ਵੂਮੈਨ। ਜਦੋਂ ਤੁਹਾਨੂੰ ਇਹ ਚੀਜ਼ ਕਹਿਤਾ ਕਿ ਜਿਹੜੇ ਬਲੂ ਫਰੋਗਡ ਵੂਮੈਨ ਆ ਉਹ ਮਤਲਬ ਕਿ ਉਹ ਜਿਹੜੇ ਜਿਹਨੇ ਕਿ ਬਲੂ ਫਰੋਕ ਪਾਈ ਹੋਈ ਆ, ਆਪਣੇ ਸਿੱਧਾ ਕਹਿਤਾ ਵੀ ਉਹਦੇ ਕੱਪੜਿਆਂ ਤੋਂ ਹੀ ਜੱਜਮੈਂਟ ਲਗਾਤੀ ਵੀ ਉਹ ਆ, ਤਾਂ ਉਸ ਸਮੇਂ ਕੀ ਆ ਆਪਾਂ ਨੂੰ ਦੇਖ ਕੇ ਆਪਾਂ ਕਲਪਨਾ ਕਰ ਰਹੇ ਵੀ ਹਾਂ ਉਹ ਉਹਦੇ ਐਵੇਂ ਦੇ ਬਲੂ ਫਰੋਕ ਹੋਣੀ ਪਾਈ ਹੋਈ, ਠੀਕ ਹੈ। ਜਿਵੇਂ ਆਪਾਂ ਕਹਿ ਦਈਏ ਰੈੱਡ ਸ਼ੂਜ਼ ਬੋਆਇਜ਼, ਠੀਕ ਹੈ, ਰੈੱਡ ਸ਼ੂਜ਼ ਬੋਆਏ, ਵੀ ਬੋਆਏ ਨੇ ਰੈੱਡ ਸ਼ੂਜ਼ ਪਾਏ ਹੋਏ ਨੇ, ਤਾਂ ਆਪਾਂ ਉਹਦੇ ਨਾਲ ਉਹਨੂੰ ਕੰਪੈਰੀਜ਼ਨ ਕਰਤਾ, ਤਾਂ ਉਹ ਕੀ ਆ ਵਿਜ਼ੂਅਲੀ ਇਮੇਜਨਰੀ। ਜਿਵੇਂ ਥਰੋਇੰਗ ਵਰਡਸ ਐਟ ਮੀ ਲਾਈਕ ਪੋਟਸ ਐਂਡ ਪੈਨਸ, ਤਾਂ ਇੱਥੇ ਕੀ ਆ ਸਾਊਂਡ, ਜਦੋਂ ਆਪਾਂ ਨੂੰ ਥਰੋ ਤੋਂ ਪਤਾ ਲੱਗ ਰਿਹਾ ਕੋਈ ਚੀਜ਼ ਸੱਟਣ ਵਾਲੀ ਆਪਾਂ ਨੂੰ ਮਹਿਸੂਸ ਹੋ ਰਿਹਾ, ਤਾਂ ਉਹ ਥਰੋਇੰਗ ਮਤਲਬ ਕਿ ਸਾਊਂਡ ਇਮੇਜਨਰੀ ਹੋ ਗਿਆ। ਓਕੇ, ਨੈਕਸਟ ਹੈਗਾ ਮਤਲਬ ਕਿ ਇਮੇਜਨਰੀ ਕੀ ਹੈ, ਕੋਈ ਕਲਪਨਾ, ਜਦੋਂ ਆਪਾਂ ਨੂੰ ਕੁਛ ਪੜ੍ਹ ਕੇ ਜਾਂ ਸੁਣ ਕੇ ਜਾਂ ਦੇਖ ਕੇ ਜਦੋਂ ਆਪਾਂ ਨੂੰ ਲਾਈਨਸ ਦੇ ਵਿੱਚ ਲੱਗ ਰਿਹਾ ਕਿ ਇਹਦੇ ਵਿੱਚ ਕਲਪਨਾ ਵਾਲੀ ਕੋਈ ਗੱਲ ਕੀਤੀ ਹੋਈ ਇਮੇਜਨਰੀ ਆ, ਤਾਂ ਉੱਥੇ ਕੀ ਆ ਉਹ ਇਮੇਜਨਰੀ। ਇਹਦੇ ਮੈਂ ਐਗਜ਼ਾਮਪਲਸ ਹੋਰ ਦੇਖ ਲੈਂਦੇ ਹਾਂ, ਇੱਕ ਅੱਧੀ ਜੇ ਹੋਈ। ਹਾਂਜੀ, ਜਿਵੇਂ ਫੋਰਥ ਆ ਦ ਡਿਵੈਲਪਡ ਅਮੰਗ ਦਾ ਅਨਟਰੋਡਨ ਵੇਸ, ਅਨਟਰੋਡਨ ਵੇਸ, ਠੀਕ ਹੈ। ਸ਼ੀ ਵੈਲਟ
ਅਨਟਰੋਡਨ ਵੇ ਉਹ ਹੋ ਗਿਆ, ਮਤਲਬ ਕਿ ਜਿਹੜਾ ਘੱਟ ਘੱਸਿਆ ਹੋਇਆ ਰਸਤਾ, ਠੀਕ ਹੈ। ਉਹਦੇ ਜਦੋਂ ਆਪਾਂ ਨੂੰ ਕਲਪਨਾ ਤਾਂ ਉਹਨੂੰ ਜਦੋਂ ਆਪਾਂ ਮਤਲਬ ਕਿ ਜਿਵੇਂ ਦ ਰੋਡ ਨੋਟ ਟੇਕਣ ਵਾਲੀ ਪੋਈਮ ਆ, ਹੈ ਨਾ, ਉਹਦੇ ਵਿੱਚ ਜਿਹੜੇ ਵਰਡਸ ਯੂਜ਼ ਕਰ ਰਹੇ ਨੇ ਵੀ ਇਹ ਰਸਤਾ ਐਵੇਂ ਇਹ ਐਵੇਂ ਆ, ਜਦੋਂ ਆਪਾਂ ਨੂੰ ਪੜ੍ਹ ਕੇ ਪਤਾ ਲੱਗ ਰਿਹਾ ਵੀ ਇਹ ਚੀਜ਼ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਮੈਂਟਲੀ ਪਿਕਚਰ ਬਣਨੀ ਸ਼ੁਰੂ ਹੋ ਜਾਂਦੀ ਹੈ, ਉਹ ਕੀ ਆ, ਇਮੇਜਨਰੀ ਆ। ਜਿਵੇਂ ਥਰਡ ਦੇ ਵਿੱਚ ਆ, ਦ ਰੌਕ ਸ਼ੋਨ ਬ੍ਰਾਈਟ, ਦ ਕਿ ਕ੍ਰਿਕ ਨੋ ਲੈਸ, ਡੈਟ ਸਟੈਂਡ ਅਬਵ ਦ ਰੌਕ, ਦ ਮੂਨ ਲਾਈਟ, ਠੀਕ ਹੈ। ਮਤਲਬ ਕਿ ਇੱਕ ਇਹਦੇ ਵਿੱਚ ਰੌਕ ਵੀ ਕਿਵੇਂ ਸ਼ੋਨ ਕਰ ਰਹੀ ਹੈ, ਉਹ ਇਸ ਬਾਰੇ ਗੱਲ ਹੋ ਰਹੀ ਹੈ, ਤਾਂ ਇਹ ਵੀ ਆਪਾਂ ਇੱਕ ਇਮੈਜਿਨ ਕਰਾਂਗੇ। ਓਕੇ, ਹਾਂਜੀ, ਨੈਕਸਟ ਹੈਗਾ ਪਰਸੋਨੀਫਿਕੇਸ਼ਨ। ਪਰਸੋਨੀਫਿਕੇਸ਼ਨ ਕੀ ਹੁੰਦਾ? ਇਟ ਇਜ਼ ਏ ਫਿਗਰ ਆਫ ਸਪੀਚ ਇਨ ਵਿੱਚ ਇਨਐਨੀਮੇਟ ਲਾਈਫਲੈਸ ਸਬਜੈਕਟ। ਜਦੋਂ ਕੋਈ ਵੀ ਲਾਈਫਲੈਸ ਨੋਨ ਲਿਵਿੰਗ ਥਿੰਗਸ ਦੀ ਗੱਲ ਹੋ ਰਹੀ ਹੈ, ਜਦੋਂ ਨੋਨ ਲਿਵਿੰਗ ਥਿੰਗਸ ਜਾਂ ਅਬਸਟਰਕਟਿਵ ਆਈਡੀਆਜ਼, ਮਤਲਬ ਕਿ ਉਹ ਚੀਜ਼ਾਂ ਜਿਨ੍ਹਾਂ ਨੂੰ ਆਪਾਂ ਟੱਚ ਨਾ ਕਰ ਸਕੀਏ, ਠੀਕ ਹੈ, ਨਾ ਉਹਨਾਂ ਨੂੰ ਆਪਾਂ ਦੇਖ ਸਕੀਏ, ਸਿਰਫ ਆਪਾਂ ਫੀਲ ਕਰ ਸਕੀਏ, ਸਿਰਫ ਆਪਾਂ ਮਹਿਸੂਸ ਕਰ ਸਕੀਏ, ਉਹ ਹੋਣਗੇ ਜਿਹੜੇ ਕਿ ਪਰਸੋਨੀਫਿਕੇਸ਼ਨ ਦੇ ਵਿੱਚ ਲਾਈਫਲੈਸ, ਜਿਵੇਂ ਕਿ ਡੀਅਰ ਗੋਡ, ਠੀਕ ਹੈ, ਲਾਈਫਲੈਸ। ਹੁਣ ਗੋਡ ਤਾਂ ਪਰਮਾਤਮਾ, ਠੀਕ ਹੈ, ਉਹਦੇ ਬਾਰੇ ਗੱਲ ਹੋ ਰਹੀ ਹੈ। ਹਾਊਸ, ਹਾਊਸ ਵੀ ਲਾਈਫਲੈਸ ਹੈ। ਅਸਲੀਪ ਲਾਈਫਲੈਸ ਹੈ। ਜਦੋਂ ਇਹੋ ਜਿਹੀ ਚੀਜ਼ਾਂ ਦੀ ਗੱਲ ਹੋ ਰਹੀ ਹੈ ਤਾਂ ਉਹ ਕੀ ਨੇ? ਪਰਸੋਨੀਫਿਕੇਸ਼ਨ। ਹੁਣ ਇਹਦੀ ਇੱਕ ਅੱਧੀ ਹੋਰ ਆਪਾਂ ਐਗਜ਼ਾਮਪਲ ਦੇਖ ਲੈਂਦੇ ਹਾਂ। ਹਾਂਜੀ, ਜਿਵੇਂ ਫੋਰ ਦੇ ਵਿੱਚ ਡੀਅਰ ਗੋਡ, ਦ ਵੈਰੀ ਹਾਊਸ ਸੀ ਅਸਲੀਪ, ਠੀਕ ਹੈ, ਇੱਥੇ ਕੀ ਆ, ਗੋਡ ਅਤੇ ਹਾਊਸ ਦੀ ਗੱਲ ਹੋ ਰਹੀ ਹੈ, ਉਹ ਕੀ ਆ, ਲਾਈਫਲੈਸ ਤਾਂ ਪਰਸੋਨੀਫਿਕੇਸ਼ਨ। ਅਤੇ ਹਾਂਜੀ, ਜਿਵੇਂ ਹੈਗੇ ਦ ਫੋਗ ਕਮਸ ਔਨ ਲਿਟਲ ਕੈਟ ਫੀਟ। ਹੁਣ ਫੋਗ, ਠੀਕ ਹੈ, ਫੋਗ ਹੁਣ ਧੁੰਦ, ਉਹ ਤਾਂ ਲਾਈਫਲੈਸ ਆ, ਠੀਕ ਆ, ਡੈਟ ਇਜ਼ ਪਰਸੋਨੀਫਿਕੇਸ਼ਨ। ਅਤੇ ਮਤਲਬ ਕਿ ਲਾਈਫਲੈਸ ਕੋਈ ਗੱਲ ਹੋ ਰਹੀ ਉਹ ਪਰਸੋਨੀਫਿਕੇਸ਼ਨ ਹੁੰਦਾ। ਅਤੇ ਹਾਂਜੀ, ਇਹ ਕੁਛ ਐਗਜ਼ਾਮਪਲਸ ਨੇ, ਅਤੇ ਆਈ ਹੋਪ ਹੁਣ ਤੁਸੀਂ ਜਿਹੜੇ ਕਿ ਈਜ਼ੀ ਵੇ ਨਾਲ ਕਰ ਪਾਓਗੇ। ਹਾਂਜੀ, ਇੱਕ ਹੈਗਾ ਐਸੋਨੇਸ਼ਨ, ਇਹ ਕੀ ਆ, ਇਟ ਇਜ਼ ਅ ਰਿਪੀਟੇਸ਼ਨ ਆਫ ਸਿਮੀਲਰ ਵੋਵਲ ਸਾਊਂਡ। ਕੋਈ ਵੋਵਲ ਸਾਊਂਡ ਜਦੋਂ ਰਿਪੀਟ ਹੋ ਰਹੀ ਹੈ, ਜਦੋਂ ਕੋਈ ਸਾਊਂਡ ਸੁਰ ਰਿਪੀਟ ਹੋ ਰਿਹਾ ਹੁੰਦਾ, ਜਿਵੇਂ ਆਪਾਂ ਰਾਈਮਿੰਗ ਵਰਡਸ ਕਰ ਲੈਂਦੇ ਹਾਂ, ਹੈ ਨਾ, ਜਿਵੇਂ ਆਪਾਂ ਰਾਈਮਿੰਗ ਕੋਈ ਵੀ ਕੋਈ ਵੀ ਸਾਊਂਡ ਆਪਾਂ ਰਿਪੀਟ ਕਰ ਰਹੇ, ਜਿਵੇਂ ਜਿਪ ਸਿਪ ਟਿਪ, ਠੀਕ ਹੈ, ਐਵੇਂ ਕੋਈ ਵੀ ਐਵੇਂ ਕੁਛ ਰਿਪੀਟ ਹੋ ਰਹੀ ਹੈ ਤਾਂ ਉਹ ਕੀ ਹੈ, ਐਸੋਨੇਸ਼ਨ ਹੈ, ਠੀਕ ਹੈ। ਜਿਵੇਂ ਸਟੈਂਡ ਹਾਈ ਅਪ ਔਨ ਦ ਰੌਕਸ, ਟੇਕ ਹੋਰਨ ਐਂਡ ਬਲੋ ਫਾਰ ਆਊਟ ਅਕਰੋਸ ਦ ਮੋਰ, ਦ ਲੋਂਗ ਨੋਟਸ ਗੋ, ਮਤਲਬ ਕਿ ਇੱਕ ਸਾਊਂਡ ਜਦੋਂ ਆਪਾਂ ਨੂੰ ਪੜ੍ਹ ਕੇ ਪਤਾ ਲੱਗ ਰਿਹਾ ਲਾਈਨ ਨੂੰ, ਜੇ ਤੁਸੀਂ ਪੜ੍ਹ ਕੇ ਦੇਖਣੇ, ਰੀਡ ਕਰਕੇ ਦੇਖਣੇ, ਕੋਈ ਸਾਊਂਡ ਅਗਰ ਰਿਪੀਟ ਲੱਗਦੀ ਹੈ ਤੁਹਾਨੂੰ ਉਹਨੂੰ, ਕਿਉਂਕਿ ਆਪਾਂ ਨੂੰ ਇਹ ਜਿਹੜੀਆਂ ਚੀਜ਼ਾਂ ਨੇ, ਜਿਵੇਂ ਪੰਜਾਬੀ ਨੂੰ ਆਪਾਂ ਪੜ੍ਹ ਕੇ, ਹੈ ਨਾ, ਸਾਊਂਡ ਪਤਾ ਲੱਗਦਾ, ਐਵੇਂ ਇੰਗਲਿਸ਼ ਦੇ ਵਿੱਚ, ਮਤਲਬ ਕਿ ਜਦੋਂ ਆਪਾਂ ਪੜ੍ਹਦੇ ਉਹਨਾਂ ਨੂੰ ਆਪਾਂ ਪਤਾ ਲੱਗਦਾ ਵੀ ਇਸ ਲਾਈਨ ਦੇ ਵਿੱਚ ਕੁਛ ਸਾਊਂਡ ਰਿਪੀਟ ਹੋ ਰਹੀ ਹੈ, ਤਾਂ ਜਦੋਂ ਸਾਊਂਡ ਰਿਪੀਟ ਹੋ ਰਹੀ ਹੈ ਡੈਟ ਇਜ਼ ਐਸੋਨੇਸ਼, ਠੀਕ ਹੈ। ਜਿਵੇਂ ਕਿ ਇਹਦੇ ਵਿੱਚ ਥਰਡ 'ਚ, ਠੀਕ ਆ, ਥੋ ਸਟਿਲ ਅਨਵੇਜ਼ਡ ਬ੍ਰਾਈਟ ਆਫ ਕੁਆਈਟਨੈਸ, ਥੋ ਫੋਸਟਰ ਚਾਈਲਡ ਆਫ ਸਾਇਲੈਂਸ ਐਂਡ ਸਲੋ ਟਾਈਮ, ਠੀਕ ਹੈ। ਤਾਂ ਇੱਥੋਂ ਆਪਾਂ ਨੂੰ ਪਤਾ ਲੱਗ ਰਿਹਾ ਕੋਈ ਸਾਊਂਡ ਰਿਪੀਟ ਹੋ ਰਹੀ ਹੈ ਤਾਂ ਐਸੋਨੈਂਸ, ਠੀਕ ਹੈ। ਅਤੇ ਅਗਰ ਹਾਂਜੀ ਐਕਸਕਲੇਮੇਟਰੀ ਸਾਈਨ 'ਤੇ ਤੁਹਾਨੂੰ ਪਤਾ ਲੱਗ ਜਾਂਦਾ, ਅਗਰ ਕੋਈ ਐਕਸਕਲੇਮੇਟਰੀ ਸਾਈਨ ਵਾਲਾ, ਠੀਕ ਹੈ, ਤੁਹਾਨੂੰ ਕੀ ਬੋਲਣਾ, ਐਕਸਕਲੇਮੇਸ਼ਨ, ਐਕਸਕਲੇਮੇਸ਼ਨ, ਓਕੇ। ਅਤੇ ਜਿਵੇਂ ਥੀਮ ਹੈ ਤਾਂ ਕੋਈ ਸੈਂਟਰਲ ਮੇਜਰ ਪਾਰਟ
ਦੀ ਗੱਲ ਕਰ ਰਿਹਾ ਕੋਈ, ਠੀਕ ਹੈ। ਅਤੇ ਇੱਕ ਵੈਸੇ ਤਾਂ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਆਉਂਦੇ ਹਨ ਜਿਹੜੇ ਆਪਣੇ ਪਹਿਲਾਂ ਕਰ ਲਏ, ਬਟ ਜਸਟ ਇੱਕ ਵਾਰੀ ਵੀ ਨੌਲੇਜ ਹੋਣੀ ਚਾਹੀਦੀ ਆ। ਫਾਰਸੀ ਇਟ ਇਜ਼ ਏ ਚੀਪ ਟਾਈਪ ਆਫ ਕਮੇਡੀ, ਠੀਕ ਹੈ, ਕੋਈ ਕਮੇਡੀ ਦੀ ਗੱਲ ਹੋ ਰਹੀ ਹੈ। ਅਤੇ ਹਾਂਜੀ, ਅੱਗੇ ਹੈਗਾ ਫਾਸਟ ਤੋਂ ਬਾਅਦ ਅੱਗੇ ਪੈਡਾਕਸ, ਠੀਕ ਹੈ। ਇਹ ਕੀ ਆ? ਉਹ ਸਟੇਟਮੈਂਟ ਜਿਹਦੇ ਵਿੱਚ ਸੈਲਫ ਵਿਰੋਧ ਹੁੰਦਾ ਅਤੇ ਬਟ ਫੇਸ 'ਤੇ ਔਨ ਉਹਦੇ ਫੇਸ 'ਤੇ ਜਿਹੜੇ ਕਿ ਵਿਰੋਧ ਹੁੰਦਾ, ਬਟ ਉਹਦਾ ਟਰਨਸ ਜਿਹੜੇ ਕਿ ਟੂ ਬੀ ਸਬਸਟੈਂਟਲੀ ਕਰੈਕਟ ਹੋ ਸਕਦਾ, ਉਹ ਕਰੈਕਟ ਹੋਵੇ। ਜਿਵੇਂ ਕਿ ਆਪਾਂ ਕਹਿੰਦੇ ਵੀ ਹੌਟ ਟੀ ਹੈਜ਼ ਅ ਕੂਲਿੰਗ ਇਫੈਕਟ ਇਨ ਸਮਰ, ਮਤਲਬ ਕਿ ਜਿਹੜੀ ਗਰਮ ਚਾਹ ਹੈ ਉਹ ਕੂਲ ਇਫੈਕਟ ਕਰਦੀ ਹੈ ਸਮਰ ਦੇ ਵਿੱਚ, ਜਦਕਿ ਆਪਾਂ ਨੂੰ ਪਤਾ ਵੀ ਉੱਧਰੋਂ ਚਾਹ ਵੀ ਗਰਮ ਹੈ ਅਤੇ ਉੱਧਰੋਂ ਸੀਜ਼ਨ ਵੀ ਸਮਰ ਸੀਜ਼ਨ ਹੈ ਨਾ, ਗਰਮੀ ਦਾ ਸੀਜ਼ਨ ਆ। ਆਪਾਂ ਉਹ ਕਿੱਦਾਂ ਇਫੈਕਟ ਕਰ ਸਕਦੇ ਆਪਾਂ ਉਹਨੂੰ ਫੇਸ 'ਤੇ, ਤਾਂ ਆਪਾਂ ਉਹਨੂੰ ਕਹਿਤਾ ਕਿ ਇਹ ਕੂਲ ਇਫੈਕਟ ਕਰਦੇ, ਬਟ ਉਹਦਾ ਅਸਲ ਦੇ ਵਿੱਚ ਕੀ ਇਫੈਕਟ ਹੈ ਕੀ ਨਹੀਂ ਹੈ, ਉਹ ਬਾਅਦ 'ਚ ਉਹਨੂੰ ਆਪਾਂ ਨੂੰ ਵਰਤਣ ਦੇ ਪਤਾ ਲੱਗੂਗਾ। ਆਪਾਂ ਵੈਸੇ ਤਾਂ ਕਹਿ ਰਹੇ ਹਾਂ ਵੀ ਗਰਮ ਚਾਹ ਜਿਹੜੀ ਕਿ ਗਰਮੀ ਦੇ ਵਿੱਚ ਠੰਡ ਦਾ ਇਫੈਕਟ ਪਾਉਂਦੀ ਆ, ਉਹ ਕੀ ਇਫੈਕਟ ਪਾਉਂਦੀ ਆਪਾਂ ਨੂੰ ਪਤਾ, ਤਾਂ ਮਤਲਬ ਕਿ ਮੂਡ 'ਤੇ ਕੁਛ ਹੋਰ ਕਹਿ ਦੇਣਾ, ਆਪਾਂ ਇਹ ਕਹਿ ਸਕਦੇ ਵੀ ਸੈਲਫ ਵਿਰੋਧ ਆ ਇਹਦਾ। ਅਤੇ ਅੱਗੇ ਹੈਗਾ ਆਕਸੀਮੋਨ, ਕੀ ਹੈ ਇਹ? ਕੀ ਆ ਇਸ ਫਿਗਰ ਆਫ ਸਪੀਚ ਦੇ ਵਿੱਚ ਟੂ ਵਰਡਸ ਟੂ ਫਰੇਜ਼ ਵਿਦ ਆਪੋਜਿਟ ਮੀਨਿੰਗ, ਜਿਹੜੇ ਦੋ ਸ਼ਬਦ ਨੇ ਜਾਂ ਦੋ ਫਰੇਜ਼ ਨੇ ਜਿਨ੍ਹਾਂ ਦਾ ਆਪੋਜਿਟ ਮੀਨਿੰਗ ਨਾ, ਠੀਕ ਹੈ, ਬਟ ਉਹਨਾਂ ਨੂੰ ਕੰਬਾਈਨ ਕਰਤਾ ਕੁਛ ਐਕਸਪ੍ਰੈਸ਼ਨ ਦੇ ਲਈ, ਆਪਾਂ ਨੇ ਕੁਛ ਐਕਸਪ੍ਰੈਸ ਕਰਨ ਦੇ ਲਈ ਉਹਨਾਂ ਨੂੰ ਕੰਬਾਈਨ ਕਰਤਾ, ਟੂ ਫਰੇਜ਼ ਔਰ ਵਰਡਸ ਜਿਹੜੇ ਕਿ ਆਪੋਜਿਟ ਨੇ, ਠੀਕ ਹੈ, ਉਹਨਾਂ ਨੂੰ ਜਦੋਂ ਆਪਣੇ ਕੰਬਾਈਨ ਕਰਤਾ ਡੈਟ ਇਜ਼ ਆਕਸੀਮੋਨ। ਜਿਵੇਂ ਇਗਜ਼ਾਮਪਲ ਟੂ ਪੁੱਟ ਇਨ ਬਲੈਕ ਐਂਡ ਵਾਈਟ, ਬਲੈਕ ਐਂਡ ਵਾਈਟ ਤਾਂ ਅਲੱਗ ਅਲੱਗ ਨੇ ਬਟ ਉਹਨਾਂ ਆਪੋਜਿਟ ਨੇ ਦੋਨੋਂ ਆਪਸ 'ਚ, ਬਟ ਉਹਨਾਂ ਨੂੰ ਆਪਣੇ ਕੁਛ ਐਕਸਪ੍ਰੈਸ ਕਰਨ ਦੇ ਲਈ ਉਹਨਾਂ ਨੂੰ ਇਕੱਠੇ ਵਰਡਸ ਯੂਜ਼ ਕਰ ਲਏ, ਠੀਕ ਹੈ। ਹਾਂਜੀ, ਨੈਕਸਟ ਦੇਖਦੇ ਅੱਗੇ। ਇਟ ਇਜ਼ ਯੂਜ਼ ਆਫ ਅ ਵਰਡਸ ਔਰ ਫਰੇਜ਼ਸ, ਕਹਿੰਦਾ ਉਹ ਵਰਡ ਅਤੇ ਫਰੇਜ਼ਸ ਜਿਨ੍ਹਾਂ ਨੂੰ ਆਪਾਂ ਇਮੀਟੇਟ ਕਰਨ ਲਈ ਯੂਜ਼ ਕਰਦੇ ਹਾਂ, ਇੱਕੋ ਦਾ ਸਾਊਂਡ ਕਰਨ ਲਈ ਆਪਾਂ ਯੂਜ਼ ਕਰਦੇ ਹਾਂ, ਜਿਵੇਂ ਚੈਟਰ ਮਟਰ, ਠੀਕ ਹੈ, ਰੰਬਲ, ਥ ਹਿਸ ਵਜ਼, ਰੈਟਲ, ਬੈਂਗ, ਇਹ ਵਾਲੇ ਸਾਰੇ। ਥੈਂਕਸ।